ਕੋਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਸਰਕਾਰੀ ਹਸਪਤਾਲ ਨੂੰ ਅਲਰਟ ਕੀਤਾ ਗਿਆ ਹੈ। ਇਸ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਦੇ ਅੱਜ ਸਰਕਾਰੀ ਹਸਪਤਾਲ ਵਿੱਚ ਕੋਰੋਨਾ ਮੌਕ ਡ੍ਰਿਲ ਕੀਤੀ ਗਈ। ਇਸ ਮੌਕ ਡ੍ਰਿਲ ਦੀ ਨਿਗਰਾਨੀ ਐਸਐਮਓ ਡਾਕਟਰ ਸਵਾਤੀ ਦੇ ਨਾਲ ਹਸਪਤਾਲ ਦੇ ਸਾਰੇ ਹੀ ਸੀਨੀਅਰ ਡਾਕਟਰਾਂ ਨੇ ਕੀਤੀ। ਇਸ ਮੌਕੇ ਤੇ ਡਾਕਟਰ ਸਵਾਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਇਸ ਬਿਮਾਰੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾਂ ਨੇ ਕਿਹਾ ਕਿ ਹਸਪਤਾਲ ਵਿੱਚ ਇੱਕ ਆਈਸੋਲੇਸ਼ਨ ਵਾਰਡ ਵੀ ਤਿਆਰ ਕੀਤਾ ਗਿਆ ਹੈ। ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਭੀੜ ਭੜ ਵਾਲੀਆਂ ਥਾਵਾਂ ਤੇ ਸਾਨੂੰ ਮਾਸਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਇਸ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕੇ। ਅਜੀਤ ਪੰਜਾਬੀ ਦੀ ਅਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮੈਂ ਡਾਕਟਰ ਸਵਾਤੀ ਐਸਐਮਓ ਇੰਚਾਰਜ ਸਿਵਲ ਹਸਪੀਟਲ ਹੁਸ਼ਿਆਰਪੁਰ ਇੱਥੇ ਤੈਨਾਤ ਹੈਗੀ ਹਾਂ। ਇਹ ਮੌਕ ਡ੍ਰਿਲ ਅੱਜ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਕੀਤੀ ਗਈ ਹੈਗੀ ਹੈ। ਇਹ ਦੱਸਣਾ ਹੈਗਾ ਕਿ ਸਾਰੀ ਸਰਕਾਰ ਦੀ ਜਿਹੜੀ ਟੀਮ ਹੈਗੀ ਹੈ ਮੈਡੀਕਲ ਹੈਲਥ ਦੇ ਨਾਲ ਰਿਲੇਟਡ, ਉਹ ਰੈਡੀ ਹੈ ਕਿ ਅਗਰ ਰੱਬ ਨਾ ਕਰੇ ਕਿ ਇਹ ਚੀਜ਼ ਦੁਬਾਰਾ ਤੋਂ ਉਸੇ ਤੇਜ਼ੀ ਨਾਲ ਆ ਜਾਏ ਕੋਵਿਡ ਜਿਹੜਾ ਕਰੋਨਾ ਹੈਗਾ, ਤਾਂ ਸਾਡੀ ਸਾਰੀ ਟੀਮ ਤਿਆਰ ਹੈਗੀ ਹੈ। ਕਿਸੇ ਨੂੰ ਡਰਨ ਔਰ ਘਬਰਾਉਣ ਦੀ ਇਸ ਚੀਜ਼ 'ਚ ਲੋੜ ਨਹੀਂ ਹੈਗੀ ਹੈ। ਸਿਰਫ ਇੱਕ ਚੀਜ਼ ਦਾ ਧਿਆਨ ਰੱਖਣਾ ਹੈ, ਪ੍ਰੀਵੈਂਸ਼ਨ, ਆਪਣੇ ਆਪ ਨੂੰ ਬਚਾਉਣਾ ਹੈ ਅਸੀਂ ਇਸ ਚੀਜ਼ ਤੋਂ। ਜਿੱਥੇ ਵੀ ਇਸ ਚੀਜ਼ ਤੋਂ ਡਰਨਾ ਬਿਲਕੁਲ ਨਹੀਂ ਹੈਗਾ। ਜੇ ਅਸੀਂ ਡਰਾਂਗੇ ਤਾਂ ਅਸੀਂ ਫਸਾਂਗੇ। ਅਸੀਂ ਬਚਾਉਣਾ ਕਿਸ ਤਰ੍ਹਾਂ ਹੈਗਾ, ਜਿੱਥੇ ਨਜ਼ਲਾ ਜ਼ੁਕਾਮ ਖਾਂਸੀ ਬਿਮਾਰ ਹੋ ਰਿਹਾ, ਪੇਸ਼ੈਂਟ ਬੁਖਾਰ ਹੋ ਰਿਹਾ, ਉਹ ਆਪਣਾ ਪਹਿਲਾਂ ਤਾਂ ਟੈਸਟ ਕਰਵਾਇਆ ਕਿ ਸਰਕਾਰੀ ਹਸਪਤਾਲ ਦੇ ਵਿੱਚ, ਔਰ ਆਪਣੇ ਆਪ ਨੂੰ ਆਈਸੋਲੇਟ ਕਰ ਲੈਣਾ ਚਾਹੀਦਾ ਉਸਨੂੰ। ਹਰ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਕਿ ਮੇਰੀ ਇਹ ਬਿਮਾਰੀ ਕਿਸੇ ਦੂਸਰੇ ਨੂੰ ਟ੍ਰਾਂਸਫਰ ਹੋ ਸਕਦੀ ਹੈ, ਅਤੇ ਜੇ ਅਸੀਂ ਇਹ ਸੋਚਣ ਲੱਗਾਂਗੇ ਤਾਂ ਇਹ ਬਿਮਾਰੀ ਇਸ ਤਰ੍ਹਾਂ ਫੈਲੇਗੀ ਨਹੀਂ। ਔਰ ਬਾਏ ਚਾਂਸ ਇਹ ਬਿਮਾਰੀ ਪੋਜ਼ਿਟਿਵ ਆਉਂਦੀ ਹੈਗੀ ਹੈ ਅਤੇ ਉਹ ਤੋਂ ਵੀ ਡਰਨਾ ਨਹੀਂ, ਸਮੇਂ ਸਿਰ ਇਲਾਜ ਹੋ ਜਾਏਗਾ ਔਰ ਆਪਾਂ ਇਸ ਤੇ ਕਾਬੂ ਪਾ ਸਕਦੇ। ਸੈਂਪਲਿੰਗ ਹੋ ਰਹੀ ਹੈ ਜੀ ਹੁਣ ਸਿਵਲ ਹਸਪੀਟਲ ਚ? ਹਾਂਜੀ, ਸੈਂਪਲਿੰਗ ਹੋ ਰਹੀ ਹੈਗੀ। ਡੇਲੀ ਪੇਸ਼ੈਂਟ ਆ ਗਏ ਨੇ ਹੁਣ ਤੱਕ? ਜਿਹੜੇ ਪੋਜ਼ਿਟਿਵ ਪੇਸ਼ੈਂਟ ਹੈਗੇ ਆ 19 ਹੈਗੇ ਆ ਸਾਡੀ ਰਿਪੋਰਟ ਦੇ ਹਿਸਾਬ ਨਾਲ, ਉਹ ਸਾਰੇ ਹੋਮ ਆਈਸੋਲੇਟਡ ਹੈਗੇ, ਹਸਪੀਟਲ ਚ ਐਡਮਿਸ਼ਨ ਦੀ ਕਿਸੇ ਨੂੰ ਲੋੜ ਨਹੀਂ ਹੈਗੀ ਔਰ ਸਭ ਸਟੇਬਲ ਹੈਗੇ। ਆਈਸੋਲੇਸ਼ਨ ਵਾਰਡ ਚ ਕਿੰਨੇ ਬੈੱਡ ਹੈ? ਆਈਸੋਲੇਸ਼ਨ ਵਾਰਡ ਦੇ ਵਿੱਚ ਅਸੀਂ ਬੈੱਡਸ ਜਿਹੜੇ ਦੱਸੇ ਹੈਗੇ ਆ 130 ਬੈੱਡ ਅਸੀਂ ਪਹਿਲਾਂ ਦੱਸੇ ਸੀਗੇ, ਔਰ ਸਾਰਾ ਹਸਪੀਟਲ ਵੀ ਆਈਸੋਲੇਸ਼ਨ ਦੇ ਵਿੱਚ ਕਨਵਰਟ ਹੋ ਸਕਦਾ ਹੈ। ਆਕਸੀਜਨ ਵਗੈਰਾ ਦੇ ਪ੍ਰਬੰਧ ਸਾਰਾ ਕੁਝ, ਸਾਰੇ ਬੈੱਡਸ ਦੇ ਉੱਪਰ ਆਕਸੀਜਨ ਹੈ। ਸਾਡੇ ਕੋਲ 2 ਪਲਾਂਟਸ ਹੈਗੇ ਆ, ਇੱਕ PSA ਪਲਾਂਟ ਹੈ, ਇੱਕ ਲਿਕੁਇਡ ਆਕਸੀਜਨ ਦਾ ਪਲਾਂਟ ਹੈ, ਸਿਲੰਡਰ ਸਾਡੇ ਕੋਲ 208 ਹੈਗੇ ਨੇ, ਤੇ ਅਸੀਂ ਪੂਰੇ ਪ੍ਰੀਪੇਅਰਡ ਹੈਗੇ। ਸਾਡੇ ਕੋਲ ਆਨਲੀ ਕਿਸੇ ਪੇਸ਼ੈਂਟ ਨੂੰ ਮਾਸਕ ਵਗੈਰਾ ਕੋਲ ਲਗਾ ਕੇ ਰੱਖੇ ਤਾਂ ਪੇਸ਼ੈਂਟ ਨੂੰ ਹਦਾਇਤ ਕਰਦੇ? ਹਾਂਜੀ ਬਿਲਕੁਲ, ਅਸੀਂ ਤੇ ਸਾਰੀ ਪਬਲਿਕ ਨੂੰ ਹਦਾਇਤ ਕਰਦੇ ਹਾਂ ਕਿ ਜਿੱਥੇ ਰਸ਼ ਵਾਲਾ ਏਰੀਆ ਹੈ ਔਰ ਸਪੈਸ਼ਲੀ ਹਸਪੀਟਲ ਏਰੀਆ ਹੈ, ਉੱਥੇ ਮਾਸਕ ਲਗਾ ਲੈਣਾ ਚਾਹੀਦਾ। ਇਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਕਿ ਅਸੀਂ ਮਾਸਕ ਕਿਉਂ ਲਗਾਈਏ, ਸਾਨੂੰ ਕਿਹੜੀ ਕੋਵਿਡ ਹੈਗੀ ਹੈ ਜਾਂ ਅਸੀਂ ਕਿਸ ਤਰ੍ਹਾਂ ਫੜ ਸਕਦੇ ਹਾਂ, ਸਾਨੂੰ ਕੁਝ ਨਹੀਂ ਹੋ ਸਕਦਾ। ਆਪਣਾ ਬਚਾਅ ਆਪਣੇ ਹੱਥ 'ਚ ਹੈ, ਮਾਸਕ ਲਗਾਉਣਾ ਜ਼ਰੂਰੀ ਹੈ। ਡੇਲੀ ਕਿੰਨੀ ਸੈਂਪਲਿੰਗ ਹੋ ਰਹੀ ਹੈ ਜੀ? ਸੈਂਪਲਿੰਗ ਸਾਡੇ 200 ਦਾ ਹੁੰਦਾ ਹੀ ਹੈਗਾ ਨਾ, ਔਰ ਬਾਕੀ ਟਾਰਗੇਟਸ ਰੀਨਿਊਅਲ ਆ ਗਏ ਹੈਗੇ ਆ। ਸਾਡੇ ਡਾਕਟਰ ਜਗਦੀਪ ਹੈਗੇ ਆ, ਐਪੀਡੈਮੀਓਲੋਜਿਸਟ, ਇਹ ਸਾਰਾ ਉਹਨੂੰ ਮੇਨਟੇਨ ਕਰ ਰਹੇ ਹੈਗੇ, ਦੇਖ ਰਹੇ ਹੈਗੇ। ਡਾਕਟਰ ਸਵਾਤੀ ਨੇ ਤੁਹਾਨੂੰ ਪਹਿਲਾਂ ਹੀ ਸਾਰੀ ਡਿਟੇਲ ਦੇ ਵਿੱਚ ਜੋ ਸਾਡੇ ਕੋਲ ਪ੍ਰਬੰਧ ਹੈਗੇ ਆ ਉਹ ਦੱਸ ਦਿੱਤਾ ਡਿਟੇਲ ਦੇ ਵਿੱਚ। ਫਿਰ ਅਸੀਂ ਉਹੀ ਸਭ ਇਹੀ ਕਹਿੰਦੇ ਰੱਬ ਇੱਦਾਂ ਦੀ ਹਾਲਾਤ ਨਾ ਪੈਦਾ ਹੋਣ ਵੀ ਇਸ ਦੀ ਸਾਰੀ ਸਿਚੁਏਸ਼ਨ ਆਵੇ, ਪਰ ਅਗਰ ਕੋਈ ਕਿਸੇ ਤਰ੍ਹਾਂ ਦਾ ਵੀ ਸਿਚੁਏਸ਼ਨ ਆਉਂਦੀ ਆ, ਅਸੀਂ ਪਹਿਲਾਂ ਹੀ ਇੰਨੇ ਜ਼ਿਆਦਾ ਐਕਸਪੀਰੀਅੰਸ ਹੋ ਚੁੱਕੇ ਹਾਂ, ਸਾਡੇ ਡਾਕਟਰ ਟ੍ਰੇਨਡ ਹੋ ਚੁੱਕੇ ਆ। ਜਿਸ ਤਰ੍ਹਾਂ ਪੁਰਾਣੇ ਟਾਈਮ ਦੇ ਵਿੱਚ ਆਕਸੀਜਨ ਦੀ ਕਮੀ ਦੀ ਘਾਟ ਮਹਿਸੂਸ ਹੋਈ ਸੀ ਜਾਂ ਸਾਨੂੰ ਮਸ਼ੀਨਾਂ ਦੀ ਕਮੀ ਮਹਿਸੂਸ ਹੋਈ ਸੀਗੀ, ਉਹਦੇ 'ਚ ਸਰਕਾਰ ਵੱਲੋਂ ਅਤੇ ਸਾਡੇ ਕੋਲ ਜਿਹੜੀਆਂ NGOs ਨੇ ਉਹਨਾਂ ਨੇ ਇੰਨੀ ਕੁ ਮਦਦ ਕਰ ਦਿੱਤੀ ਹੋਈ ਆ ਕਿ ਅੱਜ ਅਸੀਂ ਇੱਥੇ ਔਰ ਸਾਡੀ ਹਰ ਬੰਦਾ ਆਲਮੋਸਟ ਇਸ ਵਾਸਤੇ ਟ੍ਰੇਨਡ ਹੋ ਚੁੱਕਾ ਆ। ਅਸੀਂ ਇਹੀ ਕਹਿੰਦੇ ਹਾਂ ਕਿ ਇਹ ਸਮਾਂ ਨਾ ਆਵੇ, ਜੇ ਆਉਂਦਾ ਹੈ ਤਾਂ ਅਸੀਂ ਹਰ ਵੇਲੇ ਹਰ ਮੌਕੇ 'ਤੇ ਇਹਦੇ ਲਈ ਤਿਆਰ ਖੜ੍ਹੇ ਹਾਂ, ਕੋਈ ਤਰ੍ਹਾਂ ਕਿਸ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਂਦੀ। ਕੋਵਿਡ ਦੇ ਟਾਈਪ ਕੋਈ ਪੁਰਾਣੇ ਵਾਲੇ ਚੱਲਦੇ ਕਿ ਹੋਰ ਚੇਂਜ ਕਰਨ? ਨਹੀਂ, ਹੁਣ ਟਾਈਮ ਕਿੱਦਾਂ ਥੋੜਾ ਚੇਂਜ ਹੈ, ਪਰ ਜਿਵੇਂ ਇਮਿਊਨਾਈਜੇਸ਼ਨ ਵੀ ਹੋ ਚੁੱਕੀ ਆ, ਪੇਸ਼ੈਂਟ ਨੂੰ ਉਨੀ ਜ਼ਿਆਦਾ ਤਕਲੀਫ ਨਹੀਂ ਹੁੰਦੀ, ਇੰਨੀ ਜ਼ਿਆਦਾ ਐਮਰਜੈਂਸੀ ਨਹੀਂ ਆਉਂਦੀ ਹੈਗੀ। ਜੋ ਹੈ ਪਹਿਲਾਂ ਕੁਛ ਮੈਡੀਸਿਨ ਵੀ ਹੁਣ ਸਾਡੇ ਕੋਲ ਐਡਵਾਂਸ, ਸਾਡੀ ਸਰਕਾਰ ਨੇ ਪਹਿਲਾਂ ਹੀ ਸਾਡੇ ਤੋਂ ਸਾਰਾ ਡਿਟੇਲ ਵਿੱਚ ਲੈ ਲਿਆ ਹੋਇਆ, ਮੈਡੀਸਿਨ ਸਭ ਕੁਝ ਤਿਆਰ ਹੋ ਕੇ ਸਾਡੇ ਕੋਲ ਪਹੁੰਚ ਚੁੱਕੀ ਆ। ਕੋਈ ਮਹਿੰਗੀ ਜਿੰਨੀ ਵੀ ਕੋਸਟਲੀ ਮੈਡੀਸਿਨ ਆ ਆਲਰੇਡੀ ਹੈ, ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਊਗੀ। ਜਿਵੇਂ 19 ਪੇਸ਼ੈਂਟ ਤੁਸੀਂ ਦੱਸਿਆ ਕਿ ਹੋਮ ਆਈਸੋਲੇਟ ਆ, ਜ਼ਿਆਦਾਤਰ ਕਿਸ ਏਰੀਆ ਦਾ ਸੰਬੰਧ ਦੱਸੋ? ਉਹ ਸਾਰੇ ਡਿਸਟ੍ਰਿਕਟ ਦੇ ਅਲੱਗ ਅਲੱਗ ਏਰੀਏ ਦੇ ਹੈਗੇ ਆ, 2-4 ਬਲਾਕਸ ਦੇ ਹੈਗੇ ਆ, ਪਰ ਉਹ ਵੀ ਕੋਈ ਜ਼ਿਆਦਾ ਨਹੀਂ ਹੈ, ਪੋਜ਼ਿਟਿਵ ਆਉਣ ਕਰਕੇ ਆਈਸੋਲੇਟ ਕੀਤੇ ਆ, ਇਕੱਲੇ ਆ, ਫੈਮਿਲੀ 'ਚ ਕੋਈ ਹੋਰ ਨਹੀਂ।